ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਵਾਗਤ ਹੈ ਜੀ ਤੁਹਾਡਾ ਮੇਰੇ ਯੂਟਿਊਬ ਚੈਨਲ ਦੇ ਵਿੱਚ। ਅਤੇ ਅੱਜ ਹੈਗਾ ਜੀ ਦਿਨ ਸੋਮਵਾਰ, ਤਰੀਕ ਹੈਗੀ ਜੀ 24 ਜੂਨ। ਅਤੇ ਇੱਧਰ ਮੈਂ ਆਪਣਾ ਵਲੌਗ ਜੀ ਸਵੇਰ ਤੋਂ ਹੀ ਸ਼ੁਰੂ ਕੀਤਾ। ਅਤੇ ਉੱਧਰ ਜੀ ਮੈਂ ਸਫਾਈ ਵਗੈਰਾ ਸਾਰੀ ਕਰ ਚੁੱਕੀ ਸੀ, ਧੋ ਧੋ ਕੇ ਪੋਚਾ ਪੋਚਾ ਲਾਤਾ ਸੀਗਾ, ਅਤੇ ਫਿਰ ਨਹਾ ਕੇ ਆ ਗਈ ਸੀਗੀ। ਅਤੇ ਭਾਂਡੇ ਵੀ ਸਾਰੇ ਮਾਂਜ ਚੁੱਕੀ ਹਾਂ, ਬਸ ਇਹ ਕੈਂਡਲਾ ਰਹਿ ਗਿਆ ਸੀ, ਇਹ ਡੋਂਗਾ ਜਿਹਾ। ਅਤੇ ਇਹਦੇ ਵਿੱਚ ਹੀ ਮੈਂ ਆਲੂ ਪਿਆਜ਼ ਭਰ ਕੇ ਰੱਖ ਦਿੰਦੀ ਹਾਂ। ਅਤੇ ਕਾਫ਼ੀ ਜ਼ਿਆਦਾ ਨਾ, ਕਿੰਨੇ ਦਿਨ ਤੋਂ ਸਾਫ਼ ਨਹੀਂ ਸੀ, ਮਾਂਜਣ ਵਾਲਾ ਸੀ, ਅੱਜ ਦੇਖੋ ਜੀ ਬਿਲਕੁਲ ਚਮਕ ਗਿਆ। ਅਤੇ ਫਿਰ ਆਪਾਂ ਇਹਦੇ ਵਿੱਚ ਆਲੂ ਪਿਆਜ਼ ਭਰ ਕੇ ਸਿਲੰਡਰ ਦੇ ਉੱਪਰ ਰੱਖ ਦਿੰਦੀ ਹੁੰਦੀ ਹਾਂ ਮੈਂ। ਅਤੇ ਇੱਧਰ ਆਪਣੇ ਆਲੂ ਉਬਲ ਚੁੱਕੇ ਨੇ, ਇਹਨੂੰ ਆਪਾਂ ਮੰਜੇ 'ਤੇ ਮੁੱਦਾ ਮਾਰ ਦਿੰਦੇ ਹਾਂ, ਚੰਗੀ ਤਰ੍ਹਾਂ ਪਾਣੀ ਸੁੱਕ ਜੂਗਾ। ਅਤੇ ਲਓ ਜੀ ਹੁਣ ਮੈਂ ਨਾ ਆਲੂ ਛਿੱਲ ਕੇ ਅਤੇ ਵਿੱਚ ਲੂਣ ਮਿਰਚ ਮਿਕਸ ਕਰ ਲਏ ਆ, ਪਿਆਜ਼ ਵਗੈਰਾ ਵੀ ਕੱਟ ਕੇ ਪਾ ਲਏ ਆ, ਹਰੀ ਮਿਰਚ ਵੀ ਕੱਟ ਕੇ ਪਾ ਲਈ ਹੈ। ਅਤੇ ਹੁਣ ਆਪਾਂ ਪਿੱਠੀ ਤਿਆਰ ਕਰਾਂਗੇ। ਅਤੇ ਕਾਫ਼ੀ ਦਿਨਾਂ ਬਾਅਦ ਸਾਡੇ ਘਰ ਆਲੂ ਵਾਲੀ ਰੋਟੀ ਬਣਨ ਲੱਗੀ ਹੈ, 15 ਦਿਨ ਹੀ ਹੋ ਚੱਲੇ ਨੇ, ਵਿੱਚ ਮੈਂ ਠੀਕ ਨਹੀਂ ਸੀ ਤਾਂ ਨਹੀਂ ਬਣੇ ਸੀ। ਅਤੇ ਕੱਲ੍ਹ ਫਿਰ ਆਪਾਂ ਭੋਗ 'ਤੇ ਚਲੇ ਗਏ ਸੀ ਸੰਡੇ ਨੂੰ, ਤਾਂ ਨਹੀਂ ਬਣੇ ਸੀ ਆਲੂ ਵਾਲੇ ਪਰੌਂਠੇ। ਫਿਰ ਅੱਜ ਮੈਂ ਕਿਹਾ ਚਲੋ ਬਣਾ ਦਿੰਦੀ ਹਾਂ, ਸਬਜ਼ੀ ਵੀ ਤਾਂ ਬਣਾਉਣੀ ਹੈ ਕੋਈ, ਚਲੋ ਆਲੂ ਵਾਲੇ ਪਰੌਂਠੇ ਬਣਾ ਛੱਡਦੀ ਹਾਂ। ਅਤੇ ਗਰਮੀ ਕੱਲ੍ਹ ਵੀ ਬਹੁਤ ਜ਼ਿਆਦਾ ਸੀ ਅਤੇ ਅੱਜ ਵੀ ਬਹੁਤ ਜ਼ਿਆਦਾ ਗਰਮੀ ਹੈ, ਬਹੁਤ ਪਸੀਨੇ ਆ ਰਹੇ ਹੈ, ਬਸ ਗਰਮੀ ਨੇ ਤਾਂ ਮਾਤੀ ਮਾਰੀ ਹੋਈ ਹੈ, ਇੰਨੀ ਜ਼ਿਆਦਾ ਗਰਮੀ ਪੈ ਰਹੀ ਹੈ। ਉੱਤੋਂ ਲਾਈਟ ਬੰਦ ਹੋ ਜਾਂਦੀ ਹੈ ਵਿੱਚ ਵਿੱਚ। ਅਤੇ ਲਓ ਜੀ ਆਲੂ ਵਾਲੇ ਪਰੌਂਠੇ ਸਾਰਿਆਂ ਨੇ ਖਾ ਲਏ ਸੀ, ਅਤੇ ਮੈਂ ਜਿਸ ਤਰ੍ਹਾਂ ਦਵਾਈ ਵਗੈਰਾ ਖਾਂਦੀ ਹਾਂ ਅਤੇ ਮੈਂ ਫਿਰ ਪਰੌਂਠੇ ਵਗੈਰਾ ਬੰਦ ਕੀਤੇ ਹੋਏ ਨੇ ਹਾਲੇ। ਮੈਂ ਫਿਰ ਆਪਣੇ ਸਿੰਪਲ ਫੁਲਕੇ ਅਤੇ ਜਿਹੜੀ ਆਲੂ ਦੀ ਪਿੱਠੀ ਸੀਗੀ ਨਾਲ ਉਹ ਲੈ ਲਈ, ਚਟਨੀ ਲੈ ਲਈ ਅਤੇ ਲੱਸੀ। ਅਤੇ ਇੱਧਰ ਦੇਖੋ ਜੀ ਹੁਣ ਫਿਰ ਲਾਈਟ ਬੰਦ ਹੋ ਗਈ ਹੈ, ਦੁਪਹਿਰ ਦਾ ਟਾਈਮ ਹੈ, ਇੰਨੀ ਧੁੱਪ ਪੈ ਰਹੀ ਹੈ। ਅਤੇ ਚਿੜੀਆਂ ਰੌਲਾ ਪਾ ਰਹੀਆਂ ਸੀ, ਕਬੂਤਰ ਦੇ ਬੱਚੇ ਵੀ ਰੌਲਾ ਪਾ ਰਹੇ ਸੀ ਕਾਫ਼ੀ। ਅਤੇ ਆਹ ਦੇਖੋ ਜੀ ਕੀੜੀ ਵਿਚਾਰੀ ਪਤਾ ਨਹੀਂ ਕੀ ਲੈ ਕੇ ਤੁਰੀ ਜਾ ਰਹੀ ਹੈ, ਉਹਨੂੰ ਸਮਝ ਨਹੀਂ ਆ ਰਹੀ ਕਿੱਧਰ ਨੂੰ ਜਾਣਾ, ਵਾਰ ਵਾਰ ਗੋਲ ਗੋਲ ਘੁੰਮੀ ਜਾ ਰਹੀ ਹੈ ਮੇਜ਼ 'ਤੇ, ਅਸੀਂ ਵੀਡੀਓ ਬਣਾ ਰਹੇ ਹਾਂ, ਕਦੀ ਇੱਧਰ ਜਾ ਰਹੀ ਕਦੀ ਉੱਧਰ ਜਾ ਰਹੀ ਹੈ, ਸਮਝ ਨਹੀਂ ਆ ਰਹੀ ਉਹਨੂੰ ਕਿੱਥੇ ਜਾਣਾ। ਅਤੇ ਲਓ ਜੀ ਇੱਧਰ ਨਾ ਬੇਟੇ ਨੇ ਕੁਛ ਔਨਲਾਈਨ ਆਪਣਾ ਸਮਾਨ ਮੰਗਾਇਆ ਸੀਗਾ, ਚਿਪਸ ਵਗੈਰਾ ਬਿਸਕਿਟ ਵਗੈਰਾ ਮੇਰੇ ਲਈ, ਚਿਪਸ ਆਪਣੇ ਲਈ ਮੰਗਾਏ ਨੇ, ਅਤੇ ਉਹ ਨਾਲ ਹੀ ਸਮਾਨ ਦੇਣ ਆ ਗਏ ਸੀਗੇ। ਅਤੇ ਹੁਣ ਫਿਰ ਜੀ ਲਾਈਟ ਦੁਬਾਰਾ ਫਿਰ ਬੰਦ ਹੋ ਗਈ ਹੈ ਸ਼ਾਮ ਨੂੰ, ਬਸ ਲਾਈਟ ਦਾ ਤਾਂ ਇਹੀ ਕੰਮ ਹੈ, ਕਦੀ ਚਲੀ ਗਈ ਕਦੀ ਆ ਗਈ, ਉੱਤੋਂ ਗਰਮੀ ਅਤੇ ਉੱਤੋਂ ਲਾਈਟ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕੀਤੇ ਹੋਏ ਨੇ। ਅਤੇ ਹੁਣ ਜੀ ਇੱਧਰ ਮੈਂ ਨਾ ਦਾਲ ਧਰਨ ਲੱਗੀ ਹਾਂ, ਪਾਣੀ ਰੱਖ ਦਿੱਤਾ ਕੁੱਕਰ 'ਚ ਗਰਮ ਹੋਣ ਵਾਸਤੇ, ਦਾਲ ਧੋ ਰਹੀ ਹਾਂ,
ਤਾਂ ਲਾਈਟ ਬੰਦ ਹੈ, ਅਤੇ ਸ਼ਾਮ ਦੀ ਚਾਹ ਬਣਾਉਣੀ ਸੀਗੀ, ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈ, ਅਤੇ ਮੈਂ ਸੋਚਦੀ ਵੀ ਲਾਈਟ ਆ ਜਾਵੇ ਫਿਰ ਬਣਾਉਂਦੀ ਹਾਂ ਚਾਹ, ਪਰ ਮੈਂ ਚਾਹ ਹਲੇ ਰੱਖੀ ਸੀ, ਲਾਈਟ ਆ ਗਈ ਸੀਗੀ, ਫਿਰ ਕੂਲਰ ਕਾਲਰ ਚਲਾ ਲਿਆ ਸੀ, ਪਾਣੀ ਪੂਣੀ ਭਰ ਕੇ ਰੱਖਿਆ ਹੋਇਆ ਸੀ ਕੂਲਰ 'ਚ ਪਹਿਲਾਂ ਹੀ, 2 ਵਜੇ ਆਪਣੀ ਦਾਲ ਵੀ ਬਣ ਗਈ, ਤੜਕਾ ਤੁੜਕਾ ਵੀ ਲਾ ਤਾ ਸੀ ਦਾਲ ਨੂੰ, ਸਲਾਦ ਵੀ ਆਪਾਂ ਕੱਟ ਕੇ ਰੱਖ ਲਿਆ ਸੀਗਾ ਫਰਿੱਜ 'ਚ ਠੰਡਾ ਹੋਣ ਨੂੰ, ਅਤੇ ਆਰਾਮ ਤੋਰੀ ਦੀ ਸਬਜ਼ੀ ਪਈ ਹੋਈ ਸੀ ਥੋੜ੍ਹੀ ਜਿਹੀ, ਫੁਲਕੇ ਵੀ ਬਣੇ ਹੋਏ ਨੇ